ਅਲਮਾ ਥੱਲੇ ਜਦੋਂ ਕੀਤੀਆਂ ਆਪ ਦੁਆ ਕੀਤੀ ਨਜ਼ਰ ਕਰਮ ਦੀ ਆਵੇ ਮਰਿਆ ਕੀਤੀ ਨਜ਼ਰ ਮੇਰੇ ਤੋਂ ਪਹਿਲਾਂ ਬੰਟੀ ਕਵਾਲ ਗਾ ਕੇ ਗਏ ਨੇ, ਇੱਕ ਵਾਰੀ ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ। ਮੇਰਾ ਛੋਟਾ ਭਰਾ ਆਇਓ ਔਰ ਬੜਾ ਪਿਆਰਾ, ਮੈਨੂੰ ਬਹੁਤ ਪਿਆਰਾ ਹੈ, ਮੇਰੀ ਬੜੀ ਰਿਸਪੈਕਟ ਕਰਦਾ, ਇੱਜ਼ਤ ਕਰਦਾ। ਗਿਵ ਰਿਸਪੈਕਟ ਟੇਕ ਰਿਸਪੈਕਟ, ਜਦੋਂ ਤੁਸੀਂ ਕਿਸੇ ਨੂੰ ਇੱਜ਼ਤ ਦਿੰਦੇ ਹੋ ਉਹ ਤੁਹਾਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦਾ। ਸੋ ਬੰਟੀ ਇਕਬਾਲ ਵਾਸਤੇ ਬਹੁਤ ਸਾਰੀਆਂ ਤਾੜੀਆਂ ਮਾਰੋ ਦੱਬ ਕੇ, ਉਹਦੇ ਗਰੁੱਪ ਵਾਸਤੇ ਤਾੜੀਆਂ ਮਾਰੋ, ਸਾਰੇ ਬੜੇ ਸੁਰੀਲੇ ਨੇ ਯਾਰ, ਤਾੜੀਆਂ ਬੜੀਆਂ ਕੰਜੂਸੀ ਨਾਲ ਮਾਰ ਦਿਓ, ਹੱਥ ਪਰਖੜੇ ਕਰਕੇ ਤਾੜੀਆਂ ਮਾਰਿਆ ਕਰੋ ਦੱਬ ਕੇ। ਗੱਲ ਕੀ ਹੈ, ਰਹਿਮਤ ਦੀਆਂ ਕੀਤੀਆਂ ਛਾਵਾਂ ਅੱਜ ਦੀਵੇ ਬਾਲਾਂ ਅਲਮਾਂ ਥੱਲੇ ਅੱਜ ਦੀਵੇ ਬਾਲਾਂ ਅਲਮ ਅਲਮ ਕਿਹਨੂੰ ਕਿਹਾ ਜਾਂਦਾ ਹੈ? ਜਿੱਥੇ ਪੰਜ ਚਿਰਾਗ ਬਲਦੇ ਹੋਣ ਉਸ ਜਗ੍ਹਾ ਨੂੰ ਅਲਮ ਕਿਹਾ ਜਾਂਦਾ ਹੈ। ਉਹ ਪੰਜ ਚਿਰਾਗ ਕਿਹਨਾਂ ਦੇ ਨੇ? ਮੁਹੰਮਦ ਸਾਹਿਬ, ਮੌਲਾ ਅਲੀ ਸਰਕਾਰ, ਬੀਬੀ ਫਾਤਮਾ ਅਤੇ ਹਸਨ ਅਤੇ ਹੁਸੈਨ, ਉਹਨਾਂ ਦੇ ਚਿਰਾਗ ਨੇ ਜਿਹਨਾਂ ਨੂੰ ਮੌਲਾ ਪੰਜ ਤਨ ਪਾਕ ਕਿਹਾ ਜਾਂਦਾ। ਜਿੱਥੇ ਉਹਨਾਂ ਦੇ ਚਿਰਾਗ ਬਲਦੇ ਹੋਣ ਉਸ ਜਗ੍ਹਾ ਨੂੰ ਅਲਮ ਅਲਮ ਕਿਹਾ ਜਾਂਦਾ ਹੈ। ਤੇ ਉਹਨਾਂ ਦੀ ਗੱਲ ਹੋ ਰਹੀ ਹੈ, ਗੌਰ ਹੋਵੇ। ਅੱਜ ਦੀ ਵੇ ਬਾਲਾ ਅਲਮਾ ਥੱਲੇ ਅੱਜ ਦੀ ਵੇ ਬਾਲਾ ਅੱਜ ਦੀ ਵੇ ਬਾਲਾ ਅਲਮਾ ਥੱਲੇ ਅੱਜ ਦੀ ਵੇ ਬਾਲਾ ਕੀਤਾ ਰੰਗ ਗਾਜ਼ੀ ਲਜਪਾਲ ਮੈਨੂੰ ਕੀਤਾ ਰੰਗ ਗਾਜ਼ੀ ਲਜਪਾਲ ਮੈਨੂੰ ਕੀਤੀ ਨਜ਼ਰ ਸਾਇਆ ਮੇਰੇ ਵੱਲ ਮੇਰੀ ਜੱਗ ਵਿੱਚ ਹੋ ਗਈ ਬੱਲੇ ਬੱਲੇ ਥੱਲੇ ਦੀਵੇ ਵਾਲਾ ਦੀਵੇ ਵਾਲਾ।
ਮੇਰਾ ਡੈਡੀ ਬੱਬਰ ਸ਼ੇਰ ਹੈ, ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ। ਸਾਨੂੰ ਤਾਂ ਫਿਰ ਮਾਇਕ ਮੂਕ ਮਿਲ ਜਾਂਦੇ ਆ ਜਿਹਨਾਂ ਸਮਿਆਂ 'ਚ ਉਹ ਗਾਉਂਦੇ ਰਹੇ ਨੇ। ਉਹਨਾਂ ਸਮਿਆਂ 'ਚ ਇੱਕ ਹੀ ਮਾਇਕ ਹੁੰਦਾ ਸੀ ਅਤੇ ਆਵਾਜ਼ ਜਿਹੜੀ ਚਾਰ ਚਾਰ ਪਿੰਡਾਂ ਤੱਕ ਜਾਂਦੀ ਹੁੰਦੀ ਸੀ।
ਤੇ ਲੋਕੀ ਪੁੱਛਦੇ ਸੀ ਕੌਣ ਗਾ ਰਿਹਾ, ਕਹਿੰਦੇ ਜੀ ਪੂਰਨ ਸ਼ਾਹ ਕੋਟੀ ਗਾ ਰਹੇ ਨੇ। ਤੇ ਮੈਨੂੰ ਉਹਨਾਂ ਨੇ ਇਹੀ ਸਿਖਾਇਆ ਕਿ ਕੋਈ ਗੱਲ ਨਹੀਂ, ਮਾਈਕ ਦੇ ਸਹਾਰੇ ਨਹੀਂ ਰਹਿਣਾ, ਆਪ ਵੀ ਜ਼ੋਰ ਲਾਉਣਾ, ਜਰਾ ਤੁੰਨ ਕੇ ਗਾਉਣਾ। ਮੈਂ ਕਿਹਾ ਅੱਛਾ ਜੀ, ਜਿੰਨਾ ਚਿਰ ਜੀਂਦੇ ਉਨਾ ਚਿਰ ਇੱਦਾਂ ਹੀ ਗਾਵਾਂਗੇ, ਜਦੋਂ ਮਰ ਗਏ ਫਿਰ ਅੱਲਾ ਵਾਰਿਸ। ਲੋਕਾਂ ਨੇ ਚਾਰ ਆ ਖਰੇ, ਇਹ ਤੁਸੀਂ ਸਾਨੂੰ 4000 ਰੁਪਈਆ ਦਿੱਤਾ? ਹਾਂ 5000 ਪਰਚੀਆਂ। ਪਰਚੀਆਂ ਦਿਓ ਜੀ, ਹਾਲੇ ਹੈ ਨਹੀਂ ਸਾਡੇ ਕੋਲ ਕਮਾਉਣੀਆਂ, ਹਜੇ ਬਾਅਦ 'ਚੋਂ ਦੇ ਦਾਂਗੇ, ਤੇਰਾ ਸਾਡੇ ਕੋਲ ਪਿਆ ਹੋਇਆ, ਠੀਕ ਆ ਐਡਵਾਂਸ। ਉਹ ਦੇ ਦਿਓ ਭਰਾਵਾ, ਕਿਤੇ ਮਾਰ ਨਾ ਦੇਵੇ। ਸਦਕੇ ਮੈਂ ਜਾਵਾਂ, ਸਦਕੇ ਮੈਂ ਜਾਵਾਂ, ਸੈਯਦਾਂ ਦੀ ਜਾਨ ਤੇ ਪਾਕ ਬਤੂਨ ਬੀਬੀ ਜ਼ੈਨਬ ਮਾਰ ਦੇ। ਵਿੱਚ ਹੋ ਗਈ।